ਆਪਣੇ ਪਰਸਨਲ ਤੇ ਪ੍ਰੋਫੈਸ਼ਨਲ ਐਕਸਪੀਰੀਅੰਸ ਤੋਂ ਦੱਸ ਰਹੀ ਹਾਂ ਕਿ ਬੱਚਿਆਂ ਦੇ ਕੋਲ ਜਿੰਨੇ ਮਰਜ਼ੀ ਟੌਏ ਹੋਣ ਉਹ ਇੰਨੀ ਜਲਦੀ ਅੱਕ ਜਾਂਦੇ ਆ ਕਿ ਉਹਨਾਂ ਨੂੰ ਹਰ ਅਗਲੇ ਦਿਨ ਕੋਈ ਨਵਾਂ ਟੌਏ ਚਾਹੀਦਾ ਹੁੰਦਾ ਐਂਟਰੇਨ ਹੋਣ ਲਈ ਤੇ ਮੈਂ ਜੋ ਚੀਜ਼ ਐਕਸਪੀਰੀਅੰਸ ਕੀਤੀ ਆ ਕਿ ਪਲੇਡੋ ਇਜ਼ ਬੈਸਟ ਜੇ ਉਹਨਾਂ ਦਾ ਅਟੈਂਸ਼ਨ ਸਪੈਨ ਘਟਾ ਜਾਂ ਉਹ ਮਤਲਬ ਕਿ ਸੈਂਸਰੀ ਪਲੇ ਪਸੰਦ ਕਰਦੇ ਆ ਤੇ ਪਲੇ ਡੋ ਬਣਾ ਕੇ ਰੱਖਣਾ ਚਾਹੀਦਾ ਹਰੇਕ ਮਾਂ ਨੂੰ ਘਰ ਦੇ ਵਿੱਚ ਬਹੁਤ ਹੀ ਬੇਸਿਕ ਜਿਹਾ ਇਹਦਾ ਤਰੀਕਾ ਆ ਸਾਡੇ ਘਰ ਚ ਆਮ ਹੀ ਮੌਜੂਦ ਹੁੰਦੀਆਂ ਇਹ ਚੀਜ਼ਾਂ ਮੈਂ ਦੱਸਣ ਲੱਗੀ ਆ ਕਿਹੜੀਆਂ ਉਹਦੇ ਵਾਸਤੇ ਤੁਹਾਨੂੰ ਲੈਣਾ ਆ ਇੱਕ ਕੱਪ ਅਰਾ ਰੋਟ ਤੇ ਅੱਧਾ ਕੱਪ ਕੋਈ ਵੀ ਮੋਇਸਚਰਾਈਜ਼ਿੰਗ ਲੋਸ਼ਨ ਲੈ ਲਓ ਤੇ ਆਪਣੀ ਪਸੰਦ ਦਾ ਵਿੱਚ ਰੰਗ ਐਡ ਕਰਕੇ ਤੇ ਉਹਨੂੰ ਜਦੋਂ ਮਲ ਕੇ ਆਟੇ ਵਾਂਗੂ ਗੁੰਨ ਲਓਗੇ ਨਾ ਤੇ ਉਹ ਇੰਨਾ ਕੁ ਵਧੀਆ ਸੈਂਸਰੀ ਟੌਏ ਬਣ ਜਾਣਾ ਹੈ ਤੁਹਾਡੇ ਬੱਚੇ ਲਈ ਕਿ ਭਾਵੇਂ 1 ਘੰਟਾ ਲਗਾਤਾਰ ਉਹ ਖੇਡ ਲੇ ਪਲੇਡੋ ਨਾਲ ਖੇਡਣ ਨਾਲ ਬੱਚੇ ਤੁਹਾਡੇ ਦਾ ਅਟੈਂਸ਼ਨ ਸਪੈਨ ਤੇ ਲੰਬਾ ਹੁੰਦਾ ਹੀ ਹੁੰਦਾ ਆ ਨਾਲ ਉਹਨੇ ਕਾਮ ਫੀਲ ਕਰਨਾ ਸਟ्रेस ਮੈਨੇਜਮੈਂਟ ਵਾਲੀਆਂ ਜਿਹੜੀਆਂ ਥੈਰੇਪੀਜ਼ ਹੁੰਦੀਆਂ ਨਾ ਉਹਨਾਂ ਵਿੱਚ ਵੀ ਪਲੇਡੋ ਨੂੰ ਯੂਜ਼ ਕੀਤਾ ਜਾਂਦਾ ਇਸ ਕਰਕੇ ਆਪ ਵੀ ਬਣਾਓ ਤੇ ਵੀਡੀਓ ਬਾਕੀ ਮਾਵਾਂ ਨਾਲ ਵੀ ਸ਼ੇਅਰ ਜ਼ਰੂਰ ਕਰਿਓ